अपनी वाइफ नू गलबकड़ी विच चलाओ, प्यार करो, मोहब्बत करो। हरजिंदर लाइन चे हरजिंदर कह रही की संबंध एक बार बने माफ कर दिता। गरेवाल जी कल कहने से बिल्कुल नहीं बने, अज भी कहते बिल्कुल नहीं बने। तुम कहते जूबा सिटी के दोनों जने शरे आम 10 साल तो रिलेशन बारे चर्चा आ और खूब कुछ मुसर ही नहीं होंगी, मतलब लोग वेखते हैं स्टेज पर जाते हैं, ये किस हद तक सही है कहना चाहते हो? अंदर तुम कि कहोगे कि गरेवाल साहब कहते कि बिल्कुल नहीं है, तुम कहते बनया सी, बोलो। हाँ जी, हाँ जी बनया। दसो उन्होंने किमें बनया, किन्ने बजे असी बनया? अंदर तो कोई याद नहीं। आई सी कि साहब तुम लाइन से हो? हाँ जी। ਤੁਹਾਡੀ ਵਾਈਫ ਲਾਈਨ ਤੇ ਹਰਜਿੰਦਰ ਕੌਰ, ਉਹ ਕਹਿੰਦੀ ਆ ਕਿ ਤੁਸੀਂ ਉਹਨੂੰ ਇੱਕ 6 ਡਾਲ ਵਾਂਗੂ ਰੱਖਿਆ ਆ, ਉਹਨੂੰ ਇੱਕ ਪਤੀ ਨਹੀਂ ਪਤਨੀ ਵਾਲਾ ਪਿਆਰ ਪਤੀ ਦਾ ਦਿੱਤਾ ਨਹੀਂ ਆ ਔਰ ਤੁਸੀਂ ਸਿਰਫ ਜਿਹੜਾ ਇੱਕ ਚੀਜ਼ ਤੱਕ ਹੀ ਸੀਮਤ ਰਹੇ ਹੋ, ਉਹ ਨੌਕਰਾਣੀ ਵਾਂਗੂ ਰੱਖਿਆ ਆ, ਕਿੰਨੇ ਕਿੰਨੇ ਘੰਟੇ ਤੁਸੀਂ ਫਾਰਮ ਰੱਖਿਆ ਆ, ਕੀ ਕਹਿਣਾ ਚਾਹੁੰਦੇ ਹੋ? ਘਰ ਆਏ ਹੋ ਔਰ ਤੁਹਾਡਾ ਸੁਭਾਅਕ ਹੈ ਕਿ ਤੁਹਾਡੀ ਵਾਈਫ ਦਾ ਰੇਪ ਕਰਨਾ ਤੁਸੀਂ ਕਿਵੇਂ ਟੋਲਰੇਟ ਕਰ ਸਕਦੇ ਹੋ? ਦੂਜੇ ਪਾਸੇ ਤੁਸੀਂ ਪਿਆਰ ਕਰਦੇ ਕਰਕੇ ਜਿਸ ਕਰਕੇ ਇਹ ਸਭ ਕੁਝ ਹੋਇਆ ਆ। ਔਰ ਕੱਲ ਗਰੇਵਾਲ ਮੰਨਣ ਨੂੰ ਤਿਆਰ ਨਹੀਂ ਸੀ, ਮੈਂ ਕੁਝ ਨਹੀਂ ਕੀਤਾ, ਅੱਜ ਇਸ ਲੇਡੀ ਨੇ ਵੀ ਕਿਹਾ ਕਿ ਹਾਂ ਇਹਨੇ ਇੱਕ ਵਾਰੀ ਮੇਰੇ ਨਾਲ ਕੀਤਾ ਸੀ ਤੇ ਮੈਂ ਇਹਨੂੰ ਮਾਫ ਕਰਤਾ ਸੀ, ਆਪਣੇ ਹਸਬੰਡ ਨੂੰ ਮੈਂ ਚੋਰੀ ਰੱਖੀ ਗੱਲ ਅਤੇ ਲੋਕਾਂ ਦੇ ਸਾਹਮਣੇ ਨਹੀਂ ਦੱਸਿਆ। ਇਹ ਸੱਚੀ ਗੱਲ ਹੈ? ਆਪਣੇ ਆਪਣੇ ਡਰ ਕੇ ਬੱਜੀ ਦਰਵਾਜੇ ਵਿੱਚ ਆਪਣੇ ਕਿਹੜਾ ਜੀ ਜਾਂ ਕੋਈ ਹੋਰ ਗੜਬੜ ਹੋਈ ਆ? ਹਾਂਜੀ, ਮੈਂ ਆਪਣੇ ਆਪ ਡਰ ਕੇ ਦਰਵਾਜੇ ਵਿੱਚ ਬੱਜੀ ਮੇਰੇ ਸੱਚ ਲੱਗਾ। ਇਹ ਕਹਿੰਦੇ ਗੜਬੜ, ਕੋਈ ਗੜਬੜ ਹੈ ਜਾਂ ਆਪਣੇ ਆਪ ਦਰਵਾਜੇ ਵਿੱਚ ਇਹ ਲੱਗੇ ਨੇ ਤਾਂ ਸੱਟ ਲੱਗੀ ਆ? ਜੀ ਗਰੇਵਾਲ ਸਾਹਿਬ ਸਾਡੀ ਲਾਈਨ ਤੇ ਆ ਚੁੱਕੇ ਨੇ। ਹਾਂਜੀ ਗਰੇਵਾਲ ਸਾਹਿਬ ਤੁਸੀਂ ਲਾਈਨ ਤੇ ਹੋ? ਜੀ ਆਈ ਸੀ ਗਰੇਵਾਲ ਸਾਹਿਬ, ਹਰਦੀਪ ਗਰੇਵਾਲ ਲਾਈਨ ਤੇ ਹੋ? ਜੀ ਜੀ ਆਈ ਸੀ। ਤੁਸੀਂ ਕੱਲ ਸਾਫ ਸਪਸ਼ਟ ਕਿਹਾ ਸੀ ਕਿ ਤੁਹਾਡੇ ਕਿਸੇ ਵੀ ਕਿਸਮ ਦੇ ਰਿਲੇਸ਼ਨ ਜਿਹੜੇ ਆ ਉਹ ਨਹੀਂ ਹੈ ਹਰਜਿੰਦਰ ਕੌਰ ਦੇ ਨਾਲ। ਹਰਜਿੰਦਰ ਕੌਰ ਨੇ ਕਿਹਾ ਕਿ ਗਲਤੀ ਦੇ ਨਾਲ ਉਹਨਾਂ ਦੇ ਕੋਲੋਂ ਇੱਕ ਦਿਨ ਮੇਰੇ ਨਾਲ ਜੋ ਕਿ ਕਰਨਾ ਸੀਗਾ ਗਲਤ ਕੰਮ ਕੀਤਾ ਆ ਤੇ ਮੈਂ ਉਹਨੂੰ ਮਾਫ਼ ਕਰਤਾ ਸੀਗਾ। ਸੋ ਵਾਈ ਦਿਸ ਕਮ ਅਪ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਸੀ ਵੀ ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਆ, ਇਸ ਗੱਲ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਸੱਚਾਈ ਨਹੀਂ। ਪ੍ਰੋਬਲਮ ਸਾਡੀ ਇਹ ਹੋਈ ਸੀ, ਨਾ ਤਾਂ ਮੇਰਾ ਉਦਣ ਇਹਦੇ ਨਾਲ ਕੋਈ ਰਿਲੇਸ਼ਨ ਸੀ, ਨਾ ਇਹਦਾ ਮੇਰੇ ਨਾਲ ਹੁਣ ਕੋਈ ਰਿਲੇਸ਼ਨ ਆ। ਜਿਹੜੀ ਇਹ ਰਿਲੇਸ਼ਨ ਇੱਕ ਵਾਰੀ ਜਾਣੇ ਅਣਜਾਣੇ ਬਣਿਆ ਕੋਈ ਗਰੇਵਾਲ ਸਾਹਿਬ? ਮੇਰਾ ਕੋਈ ਰਿਲੇਸ਼ਨ ਨਹੀਂ ਹੈ। ਤੁਸੀਂ ਜਾਣੇ ਅਣਜਾਣੇ ਕਿਸ ਦਿਨ ਇਹਨਾਂ ਦੇ ਘਰ ਵਿੱਚ ਸ਼ੌਪ? ਹਾਂਜੀ ਬਿਲਕੁਲ ਹੀ ਨਹੀਂ। ਓਕੇ ਹੋਲਡ ਓਨ ਦੈਟ, ਹੋਲਡ ਗਰੇਵਾਲ ਸਾਹਿਬ, ਹੋਲਡ ਓਨ ਪਲੀਜ਼। ਹਰਜਿੰਦਰ ਤੁਸੀਂ ਕਿਵੇਂ ਕਹੋਗੇ ਕਿ ਗਰੇਵਾਲ ਸਾਹਿਬ ਕਹਿੰਦੇ ਕਿ ਬਿਲਕੁਲ ਨਹੀਂ ਹੈ, ਤੁਸੀਂ ਕਹਿੰਦੇ ਬਣਿਆ ਸੀ, ਬੋਲੋ। ਹਾਂਜੀ ਹਾਂਜੀ ਬਣਿਆ ਸੀ। ਦੱਸੋ ਉਹਨੂੰ ਕਿਵੇਂ ਬਣਿਆ ਸੀ, ਕਿੰਨੇ ਵਜੇ ਸੀ ਬਣਿਆ? ਐਦਾਂ ਤਾਂ ਕੋਈ ਯਾਦ ਨਹੀਂ ਜੀ। ਆਈ ਸੀ ਤੁਹਾਡੇ ਤੁਹਾਡੇ ਘਰ ਆਏ ਸੀ ਇਹ ਜਾਂ ਤੁਸੀਂ ਗਏ ਸੀ ਇਹਨਾਂ ਕੋਲ? 20 ਸਾਲ ਹੋ ਗਏ ਇਸ ਗੱਲ ਨੂੰ, ਕੋਈ ਯਾਦ ਨਹੀਂ। 20 ਸਾਲ ਹੋ ਗਏ ਨੇ? ਹਾਂਜੀ। ਮਤਲਬ ਤੁਸੀਂ ਇਹ ਸੱਚ ਕਹਿ ਰਹੇ ਹੋ? 20 ਸਾਲ ਹੋ ਗਏ। ਤੁਸੀਂ ਸੱਚ ਕਹਿ ਰਹੇ ਹੋ ਇਹ? ਹਾਂਜੀ। ਉਹ ਗਰੇਵਾਲ ਸਾਹਿਬ ਕਹਿੰਦੇ ਨਹੀਂ, ਇੱਕ ਤੁਸੀਂ ਉਹਨਾਂ ਨੂੰ ਜ਼ਿੰਦਗੀ ਦੇ ਬਰਬਾਦ ਕਰ ਰਹੇ ਹੋ। ਹਰਜਿੰਦਰ ਤੁਸੀਂ ਧਿਆਨ ਦੇ ਨਾਲ ਦੋਸ਼ ਲਾਓ। ਦੇਖੋ ਮੈਂ ਬਾਸੀ ਸਾਹਿਬ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਜਿਹੜੀ ਹੁਣ ਦੇਖੋ ਇਹ ਕਹਿੰਦੇ ਆ ਨਾ ਬਈ ਮੈਂ ਇਹਨਾਂ ਤੋਂ ਪੈਸੇ ਲੈ ਕੇ ਗਿਆ ਤੇ 6 ਮਹੀਨੇ ਬਾਅਦ ਕੁਛ ਨਹੀਂ ਦਿੱਤਾ। ਮੈਂ ਤੁਹਾਨੂੰ ਸਾਰੇ ਚੈੱਕ ਦੇ ਸਕਦਾ, ਜਦੋਂ ਮੈਂ ਇਹਨਾਂ ਤੋਂ ਪੈਸੇ ਲਾਇਆ ਹਰ ਮਹੀਨੇ ਇਹਨਾਂ ਨੂੰ ਮੈਂ ਵਿਆਜ ਦਿੰਦਾ ਰਿਹਾ। ਇਹਨਾਂ ਨੂੰ 2 ਸਾਲ ਲਗਾਤਾਰ ਮੈਂ ਵਿਆਜ ਦਿੱਤਾ। ਵਿਆਜ ਇਹਨਾਂ ਦੇ ਜਦੋਂ ਵੀ ਮੈਂ ਇਹਨਾਂ ਨੂੰ ਵਿਆਜ ਦਾ ਚੈੱਕ ਦੇਣ ਆਇਆ, ਮੇਰੀ ਵਾਈਫ ਜਾਂ ਮੇਰੇ 2 ਬੱਚੇ ਮੇਰੇ ਨਾਲ ਹੁੰਦੇ ਸੀ। ਅਸੀਂ ਉਸ ਤੋਂ ਬਾਅਦ ਇਹਨਾਂ ਦੇ ਖੇੜਾ ਸਾਹਿਬ ਨੇ ਮੈਨੂੰ ਇਹਨੇ ਇਹ ਗੱਲ ਕਹੀ ਵੀ ਮੈਂ ਰੀਕਾਲ ਕਰਦਾ ਨੋਟ। ਮੇਰੇ ਕੋਲ ਉਦਣ ਇੰਨੇ ਪੈਸੇ ਨਹੀਂ ਸੀਗੇ, ਮੈਂ ਇਹਨੂੰ ਕਿਹਾ, ਮੈਂ ਇਹਦੀ ਮਿਹਨਤ ਵੀ ਕੀਤੀ। ਇਹ ਕਹਿੰਦਾ ਵੀ ਤੈਂ ਖੇੜੇ ਦੇ ਹੱਥ ਨੀ ਦੇਖੇ। ਮੈਂ ਕਿਹਾ ਜੀ ਤਾਂ ਫਿਰ ਤੁਹਾਡੀ ਮਰਜ਼ੀ ਆ। ਈਵਨ ਮੇਰੇ ਦੋਸਤ ਵੀ ਗਰਮੇਜ ਗਿੱਲ ਨੇ ਇਹਨੂੰ ਫੋਨ ਕੀਤਾ, ਉਹਨੂੰ ਸਿਆਣਾ ਬੰਦਾ ਮੇਰੇ ਤੋਂ ਵੱਡਾ, ਉਹਨੇ ਕਿਹਾ ਵੀ ਜੇ ਤੈਨੂੰ ਇਹ ਬੰਦਾ ਪੈਸੇ ਨਹੀਂ ਦਊਗਾ ਤਾਂ ਮੈਂ ਪੈਸੇ ਦਊਂਗਾ, ਤੂੰ ਇਹ ਕੰਮ ਨਾ ਕਰ। ਫਿਰ ਇਹ ਬੰਦਾ ਕੋਰਟ 'ਚ ਗਿਆ। ਜਦੋਂ ਕੋਰਟ ਆਈ ਗੋਟ ਇਟ ਆਪਣੇ ਮੈਂ ਸਾਰੀ ਸਟੋਰੀ ਪਤਾ। ਹਰਦੀਪ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਰਜਿੰਦਰ ਕੌਰ ਕਹਿ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਇਹ ਵੀ ਕਿਹਾ ਕਿ ਅਗਰ ਕੋਈ ਐਸੀ ਵੈਸੀ ਗੱਲ ਕਰੋਗੇ ਤਾਂ ਮੈਂ ਲੋਕਾਂ ਨੂੰ ਦੱਸੂਗਾ ਕਿ ਮੈਂ ਤੇਰੇ ਨਾਲ ਸੈਕਸ ਕੀਤਾ ਹੈ, ਦਿਸ ਇਜ਼ ਟਰੂ? ਭਾਈ ਸਾਹਿਬ ਮੈਂ ਸੈਕਸ ਹੀ ਨਹੀਂ ਕੀਤਾ ਪਹਿਲੀ ਗੱਲ, ਦੂਸਰੀ ਗੱਲ ਮੇਰਾ ਲੋਕਾਂ ਤੋਂ ਇੱਥੇ ਇੰਪ੍ਰੈਸ਼ਨ ਦੇਖੋ, ਮੈਂ ਕੋਈ ਬਦਮਾਸ਼ ਥੋੜੀ ਹਾਂ, ਮੈਂ ਫਸਟ ਜਨਰੇਸ਼ਨ ਦਾ। ਆਪਣੇ ਹਰਜਿੰਦਰ ਕੌਰ ਤੁਸੀਂ ਇੱਕ ਸਖਸ਼ੀਅਤ ਤੇ ਦਾ ਕਿਉਂ ਲਾ ਰਹੇ ਹੋ? ਹਰਜਿੰਦਰ ਤੁਸੀਂ ਐਲੀਗੇਸ਼ਨ ਕਿਉਂ ਲਾ ਰਹੇ ਹੋ ਗਰੇਵਾਲ ਜੀ ਤੇ? ਨਹੀਂ ਜੀ ਇਹ ਸੱਚ ਆ। ਕੀ ਸੱਚ ਕੀ ਹੈ? ਇੱਕ ਸੱਚ ਤੱਕ ਸੀਮਤ ਨਹੀਂ ਹੈ ਨਾ, ਸੱਚ ਕੀ ਹੈ? ਤੁਸੀਂ ਕਿਵੇਂ ਪ੍ਰੂਫ ਕਰੋਗੇ?
धार्मिक मर्यादा मुताबिक सेवा कर दे गुरु घर की बहुत रिस्पेक्ट है आई हैव ए यूनिवर्सिटी द कॉल कॉलर्स गो अहेड प्लीज जसविंदर लाइन से कल लाइन से आए थे बोलो She hang up the phone. I don't know why she hang up the phone. She must call us back. हाँ जी नंबर पांच ते मैनू दिओ जी कॉल टोरंटो कॉलर गो अहेड हेलो जी बोलो जी बोलो बासी साहब टोटली स्टोरी है लांथ स्टोरी है लांथ क्या स्टोरी है ना वो स्टोरी है ठीक है जी थोड़े कमेंट की ने दूजे पास गरेवाल साहब ने मेरे के ड्राई कर रहे ने गरेवाल साहब कह रहे हैं ना गरेवाल साहब कह रहे ने इनाल कोर्ट केस चल रहे हैं उन्हें भी रियलिटी कुछ नहीं हो सकती रियलिटी आप कह नहीं सकते कुछ भी वाकई सेक्स होया कि नहीं हो सकता कोर्ट केस चले ड्राई कर रहे ने जहां जो केस ऑलरेडी कोई भी केस कोर्ट में नहीं है ਇਹ ਉਹਦੇ ਮੂੰਹ ਚ ਕਿਸੇ ਨੇ ਲਵਜ ਪਾਇਆ ਵੀ ਕੱਲ ਟੀਵੀ ਜਾ ਗੱਲ ਦੀ ਕਹਿਣੀ ਹੈ ਨਾ ਟੀ ਸ਼ਰਟ ਲਵਜ ਤੂੰ ਕਹਿਣੀ ਇੰਨੀ ਗੱਲ ਉਹ ਜਨਾਨੀ ਗਲਤ ਹੈ ਟੋਟਲ ਗਲਤ ਹੈ ਰਾਈਟ 19 ਸਾਲ ਬਾਅਦ ਤੂੰ ਕੇਸ ਲਿਆ ਰਹੀ ਹੁਣ ਤਾਂ ਬੈਠ ਰਹੀ ਹੈ ਵੀ ਉਹ ਜਿਹੜੇ ਖਹਿਰਾ ਤੋਂ 76 ਸਾਲ ਦੇ ਹੋ ਰਹੇ ਹੁਣ ਤਾਂ ਸੈਕਸ ਦੇ ਕਾਬਲ ਰਹੀ ਨਹੀਂ ਇਹ ਦੋਨਾਂ ਸਲਾਹ ਕਰਕੇ ਚੰਗਾ ਆਪਣੀ ਜੋ ਜ਼ਿੰਦਗੀ ਬਣਦੀ ਹੈ ਉਹ ਬਣਾਓ ਤੇ ਇਹ ਟੀਵੀ ਤੇ ਇੰਨਾ ਗੰਦ ਨਾ ਹੀ ਪਾਉਣ ਇਹ ਲਾਂਥ ਕਿਆ ਸਟੋਰੀ ਬਣ ਗਈ ਜਿਹੜੀ ਗਰੇਵਾਲ ਸਾਹਿਬ ਦੀ ਸਟੋਰੀ ਹੈ ਨਾ ਹੋ ਸਕਦਾ ਕੋਰਟ ਕੇਸ ਹੋਏ ਡਿਨਾਈ ਕਰ ਰਹੇ ਨੇ ਪਰ ਇਹਦੇ ਬਾਰੇ ਆਪਾਂ ਕੁਛ ਕਹਿ ਬੰਦਾ ਕਹਿ ਰਿਹਾ ਬੱਚਿਆਂ ਵਾਲਾ ਬੰਦਾ ਕਹਿੰਦਾ ਸੈਕਸ ਨਹੀਂ ਕੀਤਾ ਜਨਾਨੀ ਨਹੀਂ ਸੈਕਸ ਕੀਤਾ ਇਹ ਕੋਈ ਸੈਂਸ ਬਣਦੀ ਨਹੀਂ ਹੈਗੀ ਵੈਸੇ ਥੈਂਕ ਯੂ ਆਪਣੇ ਹਰਜਿੰਦਰ ਤੁਸੀਂ ਗਰੇਵਾਲ ਤੇ ਦੋਸ਼ ਲਾ ਰਹੇ ਹੋ ਔਰ 19-20 ਸਾਲ ਦੀ ਗੱਲ ਤੁਸੀਂ ਯਾਦ ਕਰਾ ਰਹੇ ਹੋ ਔਰ ਹਾਲੇ ਤੱਕ ਵੀ ਤੁਸੀਂ ਇਹ ਸਾਬਤ ਨਹੀਂ ਕਰ ਸਕੇ ਕਿ ਇਹ ਸੱਚੀ ਗੱਲ ਹੈ ਕਿ ਉਹਨਾਂ ਨੇ ਕੀਤਾ ਸੱਚ ਹਾਂਜੀ ਨਹੀਂ ਜੀ ਇਹ ਬਿਲਕੁਲ ਦੋਸ਼ ਨਹੀਂ ਹੈਗੇ ਪਰ 20 ਸਾਲ ਬਾਅਦ ਕੋਈ ਪ੍ਰੂਫ ਨਹੀਂ ਇਹਦਾ ਹੋ ਸਕਦਾ ਸਿਰਫ ਇਹੀ ਆ ਕੀ ਆ ਇੱਕ ਔਰਤ ਕਰਕੇ ਇਹਨੂੰ ਦਬਾਇਆ ਜਾ ਰਿਹਾ ਅੱਜ ਤੱਕ ਤੇ ਸਿਰਫ ਮੇਰੀ ਮਿੱਟੀ ਪੱਟੀ ਪੱਟੀ ਇਹਨਾਂ ਦੋਨਾਂ ਹੀ ਬੰਦਿਆਂ ਨੇ ਗਰੇਵਾਲ ਨੇ ਤੇ ਮੇਰੇ ਹਸਬੈਂਡ ਨੇ ਜੀ ਬਿਲਕੁਲ ਜੀ ਉਹ 20 ਸਾਲਾਂ ਬਾਅਦ ਤੁਹਾਨੂੰ ਚਲੋ ਤੁਹਾਨੂੰ ਟਾਈਮ ਤਾਂ ਨਹੀਂ ਯਾਦ ਹੋ ਸਕਦਾ ਪਰ ਬੰਦੇ ਨੂੰ ਇੰਨਾ ਤਾਂ ਯਾਦ ਹੀ ਹੁੰਦਾ ਕਿੱਥੇ ਸੀ ਕਿਹੜੇ ਘਰ ਸੀਗਾ ਜਾਂ ਕਿਵੇਂ ਸੀਗਾ ਹਨਾ ਹਾਲਾਤ ਤਾਂ ਸਾਰੇ ਯਾਦ ਹੀ ਹੁੰਦੇ ਆ ਤੁਹਾਨੂੰ ਯਾਦ ਹੈ ਜਸਵਿੰਦਰ ਜੀ ਲਾਈਨ ਤੇ ਨੇ ਆਪਣੇ ਕਾਲਰ ਤੁਸੀਂ ਯੂਨੀਵਰਸਿਟੀ ਤੋਂ ਲਾਈਨ ਤੇ ਹੋ ਤੁਸੀਂ ਕੱਲ ਕਲੇਮ ਕੀਤਾ ਸੀ ਕਿ 10 ਸਾਲ ਤੋਂ ਲਗਾਤਾਰ ਗਰੇਵਾਲ ਜੀ ਅਤੇ ਜਿਹੜੀ ਲੇਡੀ ਹਰਜਿੰਦਰ ਹੈ ਇਹਨਾਂ ਦਾ ਰਿਲੇਸ਼ਨ ਹੈ ਲੋਕੀ ਘੁੰਮਦੇ ਨੇ ਸਾਰੇ ਜਾਣਦੇ ਨੇ ਤੁਸੀਂ ਝੂਠੇ ਵਾਲੀ ਕਿਸ਼ ਲਾਇਓ ਜਦੋਂ ਮੈਂ ਕੱਲ ਵੀ ਕਾਲ ਕੀਤੀ ਸੀਗੀ ਕਿਉਂਕਿ ਮੈਂ ਪਰਸਨਲੀ ਇਹਨਾਂ ਦੇ ਹਸਬੈਂਡ ਨੂੰ ਚੈਨ ਖੇੜੇ ਨੂੰ ਸਾਡੇ ਫੈਮਿਲੀ ਫਰੈਂਡ ਆ ਉੱਥੇ ਜਦੋਂ ਔਰਤ ਆਪਣੀ ਇੱਜ਼ਤ ਨੂੰ ਬਚਾਉਣ ਲਈ ਕੁਝ ਵੀ ਨਹੀਂ ਦੱਸਦੀ ਹਰਜਿੰਦਰ ਹੋਲਡ ਆਨ ਹਰਜਿੰਦਰ ਹੋਲਡ ਆਨ ਹਰਜਿੰਦਰ ਹੋਲਡ ਆਨ ਹਰਜਿੰਦਰ ਤੂੰ ਚੁੱਪ ਕਰੋ ਗੱਲ ਸੁਣੋ ਉਹਨਾਂ ਦੇ ਬੋਲਾਂ ਦੇ ਮੁਤਾਬਕ ਮੈਂ ਤੁਹਾਨੂੰ ਸਾਰਾ ਕੁਝ ਕੱਲ ਦੱਸਿਆ ਸੀ ਉਹਨਾਂ ਨੇ ਜਦੋਂ ਇਹ ਨਾਈਫ ਵਗੈਰਾ ਮਾਰਿਆ ਆ ਫਿਊਨਰਲ ਦੇ ਉੱਤੇ ਉਹ ਇੱਥੇ ਸਾਡੇ ਫੈਮਿਲੀ ਫਰੈਂਡ ਆ ਯੂਨੀਵਰਸਿਟੀ ਉਹਨਾਂ ਦੇ ਘਰ ਆਏ ਹੋਏ ਸੀ ਵਕੀਲ ਕੋਲ ਕੋਈ ਕੀਤਾ ਸੀ ਸਾਰੀ ਸਟੋਰੀ ਆਪਣੀ ਇਹ ਦੱਸਦੇ ਸੀਗੇ ਕਿ ਕਹਿੰਦੇ ਸੀ ਕਿ ਜਦੋਂ ਪੈਸੇ ਇਹਨਾਂ ਨੇ ਗਰੇਵਾਲ ਨੂੰ ਦਿੱਤੇ ਆ ਮੈਨੂੰ ਪਤਾ ਨਹੀਂ ਸੀਗਾ ਜੋ ਕਿ ਚੈਨ ਖੇੜੇ ਦੇ ਐਨ ਬੋਲਾਂ ਦੇ ਜੋ ਉਹਨਾਂ ਨੇ ਸਟੋਰੀ ਦੱਸੀ ਕਿ ਜਦੋਂ ਮੇਰੇ ਤੋਂ ਪੈਸੇ ਮੇਰੀ ਵਾਈਫ ਤੋਂ ਲਏ ਆ ਤੇ ਇਹਨਾਂ ਨੇ ਵਾਈਫ ਮੇਰੀ ਨੇ ਮੈਨੂੰ ਦੱਸਿਆ ਨਹੀਂ ਉਹ ਇਹ ਸਾਡੇ ਘਰ ਆਉਂਦਾ ਰਿਹਾ ਆ ਇਹਦੇ ਰਿਲੇਸ਼ਨ ਮੇਰੀ ਵਾਈਫ ਦੇ ਨਾਲ ਬਹੁਤ ਚਿਰਾਂ ਤੋਂ ਸੀਗੇ ਹੁਣ ਜਦੋਂ ਉਹ ਪੈਸੇ ਦਿੰਦਾ ਨਹੀਂ ਸੀਗਾ ਤੇ ਫਿਰ ਇਹਨਾਂ ਦੀ ਵਾਈਫ ਨੇ ਬਹੁਤ ਸਾਲਾਂ ਬਾਅਦ ਇਹਨਾਂ ਨੂੰ ਦੱਸਿਆ ਕਿ ਮੈਂ ਉਹਨੂੰ ਇੱਦਾਂ ਪੈਸੇ ਦਿੱਤੇ ਆ ਮੈਨੂੰ ਉਹ ਪੈਸੇ ਨਹੀਂ ਦਿੰਦਾ ਤੇ ਮੈਨੂੰ ਬਲੈਕਮੇਲ ਕਰਦਾ ਆ ਇਸੇ ਹੀ ਗੁੱਸੇ ਦੇ ਵਿੱਚ ਆ ਕੇ ਮੈਂ ਉੱਥੇ ਫਿਊਨਰਲ ਤੇ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਆਪਣਾ ਜਿਹੜਾ ਸਿੰਘ ਸੀ ਉਹਨਾਂ ਨੇ ਇਹ ਕਿਹਾ ਕਿ ਉਹ ਕਹਿੰਦੇ ਉਹਨਾਂ ਨੇ ਮਜ਼ਾਕ ਕਿਹਾ ਤੂੰ ਸ਼੍ਰੀ ਕਿੱਥੋਂ ਲੈ ਲਈ ਕਿੱਥੋਂ ਚਾਕੂ ਤੇਰੇ ਕੋਲ ਸੀ ਕਹਿੰਦਾ ਮੇਰੇ ਉਹ ਪਾਇਆ ਸੀ ਇੱਥੇ ਤਾਂ ਮੈਨੂੰ ਗੁੱਸਾ ਆਇਆ ਤੇ ਮੈਂ ਪਿੱਠ ਤੇ ਉੱਥੇ ਫਿਊਨਰਲ ਦੇ ਉੱਤੇ ਮਾਰਿਆ ਤੇ ਮੈਨੂੰ ਗੁੱਸਾ ਸੀ ਕਿ ਮੈਨੂੰ ਮੇਰੀ ਵਾਈਫ ਨੇ ਪੈਸੇ ਦੇਣ ਲੱਗੀ ਨੇ ਦੱਸਿਆ ਉਹਨੇ 6 ਮਹੀਨਿਆਂ ਤੋਂ ਮੋੜਨੇ ਸੀ ਉਹਨੇ ਮੋੜੇ ਨਹੀਂ ਪੈਸੇ ਉਹ ਮੇਰੇ ਘਰ ਮੈਂ ਇੰਡੀਆ ਗਿਆ ਹੋਇਆ ਸੀ ਮੇਰੇ ਘਰ ਆਪਣੇ ਜਿਸਨੂੰ ਤੇ ਇੱਕ ਦਿਸ ਇਜ਼ ਅ 올ਡ ਸਟੋਰੀ ਮੈਂ ਜਾਣਾ ਚਾਹੁੰਦਾ ਇਸ ਵੇਲੇ ਗਰੇਵਾਲ ਲਾਈਨ ਤੇ ਨੇ ਦੂਜੇ ਪਾਸੇ ਹਰਜਿੰਦਰ ਲਾਈਨ ਤੇ ਹਰਜਿੰਦਰ ਕਹਿੰਦੀ ਕਿ ਇਹਨਾਂ ਦੇ ਨਾਲ ਸੰਬੰਧ ਇੱਕ ਵਾਰੀ ਬਣੇ ਆ ਇਹਨ ਮਾਫ ਕਰ ਦਿੱਤਾ ਤੇ ਗਰੇਵਾਲ ਜੀ ਕੱਲ ਕਹਿੰਦੇ ਸੀ ਬਿਲਕੁਲ ਨਹੀਂ ਬਣੇ ਤੇ ਅੱਜ ਵੀ ਕਹਿੰਦੇ ਬਿਲਕੁਲ ਨਹੀਂ ਬਣੇ ਤੁਸੀਂ ਵੀ ਕਹਿੰਦੇ ਸੀ ਕਿ ਇਹ ਯੂਬਾ ਸਿਟੀ ਦੇ ਵਿੱਚ ਦੋਨੇ ਜਣੇ ਸ਼ਰੇ ਆਮ 10 ਸਾਲ ਤੋਂ ਰਿਲੇਸ਼ਨਾਂ ਬਾਰੇ ਚਰਚਾ ਆ ਔਰ ਖੂਬ ਕੁਸਰ ਮੁਸਰ ਹੀ ਨਹੀਂ ਹੁੰਦੀ ਮਤਲਬ ਲੋਕ ਵੇਖਦੇ ਨੇ ਸਟੇਜ ਤੇ ਜਾਂਦੇ ਨੇ ਇਹ ਕਿਸ ਹੱਦ ਤੱਕ ਸਹੀ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਜਸਵਿੰਦਰ ਬੋਲੋ ਗਰੇਵਾਲ ਲਾਈਨ ਤੇ ਨੇ ਮੇਰੇ ਜੀ ਇਹਨਾਂ ਦਾ ਆਪਣਾ ਹਸਬੰਡ ਖੁਦ ਇਹ ਗੱਲਾਂ ਕਹਿੰਦਾ ਸੀਗਾ ਕਿ ਉਹ ਮੇਰੀ ਵਾਈਫ ਦੇ ਨਾਲ ਉਹਦਾ ਰਿਲੇਸ਼ਨ ਆ ਹਸਬੰਡ ਕਹਿੰਦਾ ਸੀ ਮੈਨੂੰ ਦੱਸਿਆ
मैं इन्ने चिरा दे मेरी वाइफ ने मेनू बिना दसे तो इन्हू इन्ने पैसे देते मेनू हुण पता लगता है ते हुण मैं की कर सकदा हां। हस्बैंड ने कहा जे किसी होर होर तुसी अपनी अखां नाल वेख्या कि गरेवाल ते हरजिंदर कौर घुमदे ने ਯੂਨੀਵਰਸਿਟੀ ਤੋਂ 40 ਮਿੰਟ ਦੂਰ ਆ ਇੱਥੇ ਛੋਟਾ ਜਿਹਾ ਟਾਊਨ ਉੱਥੇ ਇਹ ਕੰਮ ਕਰਦੇ ਆ ਉਹੀ ਇਹ ਮੇਨ ਚਲਾਉਂਦੇ ਆ ਪਿੱਛੇ ਆਵਾਜ਼ ਬੰਦ ਕਰੋ ਤੁਹਾਡੇ ਗਰਵਰ ਸਾਹਿਬ ਤੁਹਾਡੀ ਆਵਾਜ਼ ਚੱਲ ਰਹੀ ਪਿੱਛੇ ਟੀਵੀ ਦੀ ਜਾਂ ਆਪਣੇ ਹਰਜਿੰਦਰ ਤੁਹਾਡੇ ਚੱਲ ਰਹੀ ਆਵਾਜ਼ ਕੋਈ ਹੈਲੋ ਸਰ ਸਰ ਪਲੀਜ਼ ਤੁਸੀਂ ਫੋਨ ਡਾਇਲ ਆਊਟ ਆਵਾਜ਼ ਜਿਹੜੀ ਆ ਰਹੀ ਹੈ ਡਿਸਟਰਬ ਹੋ ਰਹੀ ਹੈ ਔਰ ਸਿਸਟਮ ਦੇ ਵਿੱਚ ਬੜੀ ਜੀ ਗਰੇਵਾਲ ਸਾਹਿਬ ਦੀ ਸਾਈਡ ਤੋਂ ਆ ਰਹੀ ਸੀ ਮੈਂ ਉਹਨਾਂ ਨੂੰ ਹੋਲਡ ਪਾਤਾ ਹਾਂਜੀ ਗਰੇਵਾਲ ਸਾਹਿਬ ਕੋ ਕਿ ਤੁਸੀਂ ਲਾਈਨ ਹੋਲਡ ਰੱਖੋ ਇਹ ਬੜੇ ਕੰਪਲਿਕੇਟਡ ਹਰਜਿੰਦਰ ਤੁਸੀਂ ਮੈਨੂੰ ਐਸਾ ਕੋਈ ਸਿੰਪਟਮ ਦਿਓ ਕੋਈ ਐਸਾ ਮੈਨੂੰ ਦੱਸੋ ਕਿ ਸੱਚਮੁੱਚ ਹੀ ਇੱਕ ਦਿਨ ਤੁਹਾਡੇ ਨਾਲ ਇਹਨਾਂ ਨੇ ਕੀਤੀ ਸੀ ਥੋੜ੍ਹੇ ਯਾਦ ਦਿਵਾਓ ਗਰੇਵਾਲ ਸਾਹਿਬ ਨੂੰ ਕਿ ਕਿਹੜਾ ਉਸ ਕੋਈ ਐਸਾ ਸੀਨ ਛੋਟਾ ਜਿਹਾ ਜਿਹੜਾ ਕਿ ਆਫ ਸੀਨ ਅਸੀਂ ਗੱਲ ਕਰ ਸਕਦੇ ਹੋਈਏ ਜਿਹੜਾ ਕਿ ਪਰਿਵਾਰ ਸੁਣ ਸਕਦੇ ਹੋਣ ਔਰ ਇਸ ਹੱਦ ਤੱਕ ਹੀ ਗੱਲ ਕਰਨੀ ਕਿ ਸੱਚਮੁੱਚ ਹੀ ਤੁਹਾਡੇ ਨਾਲ ਇਹ ਕੁਛ ਹੋਇਆ ਸੀ ਟੈਲ ਮੀ ਟਰੂ ਔਰ ਕੋਈ ਕੁਛ ਛੋਟੀ ਜਿਹੀ ਚੀਜ਼ ਯਾਦ ਦਿਵਾਓ ਸਾਨੂੰ ਇਹਨਾਂ ਨੂੰ ਯਾਦ ਦਿਵਾਓ ਕਿ ਸੱਚਮੁੱਚ ਤੁਹਾਡੇ ਕੋਲ ਇਹ ਸੱਚਾ ਕੋਈ ਸਬੂਤ ਹੈ ਡਜ਼ਨਟ ਮੈਟਰ 20 ਸਾਲ ਹੋ ਗਏ ਨੇ ਕੋਈ ਨਾ ਕੋਈ ਇਹਨਾਂ ਨੇ ਗੱਲ ਕਹੀ ਹੋਵੇ ਤੁਹਾਨੂੰ ਮਾਫੀ ਮੰਗਣ ਦੀ ਤੁਸੀਂ ਮੇਰੇ ਕੁਛ ਕਿਹਾ ਹੋਵੇ ਕੋਈ ਗੱਲ ਐਸੀ ਯਾਦ ਦਿਵਾਓ ਇਹਨਾਂ ਨੂੰ ਬੋਲੋ ਹਾਂਜੀ ਬਿਲਕੁਲ ਇਹਨਾਂ ਨੇ ਕਿਹਾ ਸੌਰੀ ਤੇ ਮੈਂ ਪਰੇਸ਼ਾਨ ਤੇ ਡਰ ਇੰਨੀ ਗਈ ਸੀਗੀ ਕਿ ਮੈਨੂੰ ਸਮਝ ਹੀ ਨਹੀਂ ਆਈ ਕਿ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਸ ਤਰ੍ਹਾਂ ਹੋਈ ਮੈਂ ਬਹੁਤ ਜ਼ਿਆਦਾ ਅਪਸੈਟ ਪਰੇਸ਼ਾਨ ਡਰ ਗਈ ਸੀ ਨਾ ਜੋ ਡਰ ਗਏ ਤੁਹਾਨੂੰ ਸੌਰੀ ਕਹਿ ਤੁਸੀਂ ਫਿਰ ਉਸ ਨੂੰ ਮੰਨ ਗਿਆ ਕਿ ਠੀਕ ਹੈ ਕਿ ਕੋਈ ਗੱਲ ਨਹੀਂ ਤੁਸੀਂ ਇਹ ਕਹਿਤਾ ਮੈਨੂੰ ਹਾਂਜੀ ਹਾਂਜੀ ਇਹ ਕਿਵੇਂ ਹੋ ਸਕਦਾ ਕਿ ਔਰਤ ਦੇ ਨਾਲ ਜ਼ਬਰਦਸਤੀ ਕਿਸੇ ਨੇ ਸੈਕਸ ਕੀਤਾ ਹੋਵੇ ਔਰਤ ਨੂੰ ਮਾਫੀ ਮੰਗਣਾ ਕਹਿਣਾ ਔਰਤ ਕਹਿੰਦੇ ਚਲੋ ਓਕੇ ਠੀਕ ਹੈ ਇਹ ਕਿਵੇਂ ਹੋ ਸਕਦਾ ਮੇਰਾ ਸ਼ੁਰੂ ਤੋਂ ਇਸੇ ਤਰ੍ਹਾਂ ਦਾ ਸੁਭਾਅ ਹੈ ਇਹ ਤਾਂ ਫਰੈਂਡਲੀ ਮੈਚ ਜਾਂ ਲੱਗਦਾ ਜੀ ਬਾਸੀ ਸਾਹਿਬ ਇੱਕ ਬਾਕੀ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ ਬਹੁਤ ਸੋਹਣਾ ਖੇੜਾ ਸਾਹਿਬ ਲਾਈਨ ਤੇ ਆ ਚੁੱਕੇ ਨੇ ਜੀ ਮੈਂ ਉੱਥੇ ਚੁੱਪ ਹੋ ਜਾਂਦੀ ਹਾਂ ਖੇੜਾ ਸਾਹਿਬ ਤੁਸੀਂ ਲਾਈਨ ਤੇ ਹੋ ਹਾਂਜੀ ਤੁਹਾਡੀ ਵਾਈਫ ਲਾਈਨ ਤੇ ਹਰਜਿੰਦਰ ਕੌਰ ਉਹ ਕਹਿੰਦੀ ਹੈ ਕਿ ਤੁਸੀਂ ਉਹਨੂੰ ਇੱਕ ਸਿਕਸ ਡਾਲ ਵਾਂਗੂ ਰੱਖਿਆ ਆ ਉਹਨੂੰ ਇੱਕ ਪਤੀ ਨਹੀਂ ਪਤਨੀ ਵਾਲਾ ਪਿਆਰ ਪਤੀ ਦਾ ਦਿੱਤਾ ਨਹੀਂ ਹੈ ਔਰ ਤੁਸੀਂ ਸਿਰਫ ਜਿਹੜਾ ਇੱਕ ਚੀਜ਼ ਤੱਕ ਹੀ ਸੀਮਿਤ ਰਹੇ ਹੋ ਉਹ ਨੌਕਰਾਣੀ ਵਾਂਗੂ ਰੱਖਿਆ ਆ ਕਿੰਨੇ ਕਿੰਨੇ ਘੰਟੇ ਤੁਸੀਂ ਫਾਰਮ 'ਚ ਰੱਖਿਆ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਕਿ ਡਿਪਰੈਸ਼ਨ ਵਿੱਚ ਆ ਰੁੰਦੀ ਆ ਉਹ ਪੂਰੀ ਗੱਲ ਕਰ ਜੀ ਹਾਂਜੀ ਬੋਲੋ ਮੇਰੀ ਗੱਲ ਸੁਣੋ ਉਹ ਜਿੱਦਣ ਦਾ ਦੂਸਰਾ ਲੈ ਗਿਆ ਆ 2 ਲੱਖ ਡਾਲਾ ਉਦਣ ਦੀ ਉਹ ਬਹੁਤ ਡਿਪਰੈਸ਼ਨ 'ਚ ਰਹਿੰਦੀ ਆ ਸਭ ਕੁਝ ਠੀਕ ਆ ਉਹ ਤੋਂ ਬਾਅਦ ਵੀ ਹੁਣ 85,000 ਡਾਲਾ ਮੈਂ ਦਿੱਤਾ 2 ਮਹੀਨੇ ਹੋ ਗਏ ਆ ਤੇ ਉਹਦੇ ਮੁੰਡੇ ਨੂੰ 40,000 ਦਾ ਘਰ ਲੈ ਕੇ ਦਿੱਤਾ ਇਹ ਦੂਏ ਆਪਣੇ ਡਾਊਨ ਦੇ ਕੇ ਤੇ ਬਾਕੀ ਹੋਰ 2-3 ਘਰ ਉਹਦੇ ਕੋਲ ਆ ਤੇ ਮਤਲਬ ਮੈਂ ਚਾਕੂ ਹੋਰ 29 ਮਿੰਟ ਕਰਕੇ ਨੀ ਮਾਰ ਦਿੱਤਾ ਉਹਨੂੰ ਲਵ ਕਰਕੇ ਮਾਰਿਆ ਜੇ ਮਾਰਿਆ ਨੀ ਮੈਨੂੰ ਸਤਾਪਣਾ ਹੋਇਆ ਤਾਂ ਮੈਂ ਚਾਕੂ ਮਾਰਦਾ ਇਹ ਦੱਸੋ ਪਹਿਲਾਂ ਉਹ ਹੁਣ ਇਸ ਵੇਲੇ ਸਹੀ ਹਾਲਤ 'ਚ ਨਹੀਂ ਹੈ ਤੁਸੀਂ ਮੈਂ ਘਰੋਂ ਬਾਹਰ ਆ ਉਹ ਉਹਨੂੰ 10-15 ਦਿਨ ਦੌਰਾ ਪੈ ਜਾਂਦਾ ਫਿਰ ਮੁੜ ਕੇ ਠੀਕ ਹੋ ਜਾਂਦੀ ਆ ਉਹਨੂੰ ਸਟਿਲ ਲਵ ਕਰਦਾ ਬਹੁਤ ਉਹ ਸਭ ਕੁਝ ਉਹਦੇ ਕੋਲ ਦਿੱਤਾ ਆ ਵੀ ਮੈਂ ਹੋਰ ਨਾ ਕਿਸੇ ਨੂੰ ਦਿੰਦਾ ਇੱਕ ਮਿੰਟ ਹੋਰ ਕਰੋ ਹਰਜਿੰਦਰ ਤੁਸੀਂ ਕਹੋ ਤੁਹਾਡੇ ਹਸਬੈਂਡ ਲਾਈਨ 'ਚ ਨੇ ਉਹ ਕਹਿੰਦੇ ਕਿ ਤੁਸੀਂ ਡਿਪਰੈਸ਼ਨ 'ਚ ਹੋ ਨਹੀਂ ਜੀ ਇੰਨਾ ਤਾਂ ਨਹੀਂ ਡਿਪਰੈਸ਼ਨ ਦੇ ਵਿੱਚ ਪਰ ਜਦੋਂ ਘਰ ਦੇ ਵਿੱਚ ਕੋਈ 19-21 ਹੋ ਜਾਂਦੀ ਫੇਰ ਤਾਂ ਡਿਪਰੈਸ਼ਨ ਦੇ ਵਿੱਚ ਹੋ ਹੀ ਜਾਂਦਾ ਦਿਮਾਗ ਪਰ ਤੁਹਾਡੇ ਘਰ ਵਾਲਾ ਤੁਹਾਨੂੰ ਪਿਆਰ ਕਰਦਾ ਹੈ ਤੁਸੀਂ ਉਸ ਨੂੰ ਠੁਕਰਾਉਂਦੇ ਹੋ ਪਿਆਰ ਨੂੰ ਇਹ ਚੱਕਰ ਕੀ ਹੈ ਨਹੀਂ ਜੀ ਮੈਂ ਬਿਲਕੁਲ ਨਹੀਂ ਠੁਕਰਾਉਂਦੀ ਬਿਲਕੁਲ ਨਹੀਂ ਮੈਂ ਠੁਕਰਾਉਂਦੀ ਪਰ ਮੇਰੇ ਨਾਲ ਜੋ ਕੁਛ ਹੋਈਆਂ ਆ ਮੈਨੂੰ ਸਭ ਤੋਂ ਪਹਿਲਾਂ ਇਦਾਂ ਨੌਕਰਾਂ ਦੀ ਤਰ੍ਹਾਂ ਬਾਰਬੀ ਡੋਲ ਦੀ ਤਰ੍ਹਾਂ ਰੱਖਿਆ ਉਹ ਮੇਰੇ ਦਿਮਾਗ ਦੇ ਵਿੱਚ ਜਦੋਂ ਆ ਜਾਂਦੀਆਂ ਫਿਰ ਮੈਨੂੰ ਗੁੱਸਾ ਚੜ ਜਾਂਦਾ ਐਸੀ ਇਹ ਕਹਿੰਦੇ ਨੇ ਕਿ ਆਪਣੇ ਚੈਨ ਸਿੰਘ ਜੀ ਤੁਸੀਂ ਜਦੋਂ ਇੰਡੀਆ ਜਾਂਦੇ ਸੀ 16-14 ਸਾਲ ਦੀਆਂ ਕੁੜੀਆਂ ਦੇ ਨਾਲ ਛੇੜਖਾਨੀ ਕਰ ਰਹੇ ਸੀਗੇ ਇਹਨਾਂ ਨੇ ਆਪਣੇ ਸਹੁਰੇ ਘਰ ਜਾ ਕੇ ਗੱਲ ਸੁਣੋ ਜੀ ਹੁਣ ਜੋ ਮਰਜ਼ੀ ਇਲਜ਼ਾਮ ਲਾਈ ਜਾਵੇ ਇਹ ਸਹੀ ਨਹੀਂ ਹੈ ਮਤਲਬ ਇਹ ਜੋ ਮਰਜ਼ੀ ਕਰੀ ਜਾਵੇ ਤੇ ਮੈਂ ਇਹ ਕਹਿਣਾ ਮੰਗਦਾ ਮੈਂ ਆਸਟ੍ਰੇਲੀਆ ਨੂੰ ਪਿਆਰ ਕਰਦਾ ਇੱਕ ਵਾਰੀ ਨਹੀਂ ਮੈਂ ਘਰੋਂ ਬਾਹਰ ਆਇਆ ਕਈ ਵਾਰੀ ਆਇਆ ਤੇ ਮੈਂ ਮੁੜ ਕੇ ਫੇਰ ਫੋਨ ਕਰ ਦਿੰਦੀ ਮੈਨੂੰ ਆ ਜਾ ਘਰ ਤੇ ਮੈਂ ਬਹੁਤ ਡਿਪਰੈਸ਼ਨ ਵਿੱਚ ਸੀ ਤਾਂ ਮੈਂ ਤੋਂ ਹੋ ਗਿਆ
ਇਸ ਕਰਕੇ ਤੁਸੀਂ ਕਹਿੰਦੇ ਪਿਆਰ ਨਹੀਂ ਕਰਦਾ। ਪੁਛਤਾ ਇਹਨੂੰ 85,000 ਡਾਲਰ ਦਿੱਤਾ ਨੀ ਪਿੱਛੇ ਦੋ ਕੁ ਮਹੀਨੇ ਹੋ ਗਏ, 40,000 ਇਹਦੇ ਮੁੰਡੇ ਨੂੰ ਘਰ ਲੈ ਕੇ ਨੀ ਦਿੱਤਾ, ਪੁੱਛੋ ਤਾਂ। ਜਿਦਣ ਹਸਪਤਾਲ ਚਲ ਗਏ ਜਾਂ ਸੂਹ ਸਾਜ ਕਰਨ ਲੱਗੀ ਆ, ਹੁਣ ਧਿਆਨ ਨਾਲ ਸੁਣੀ ਜਾਓ ਗੱਲ, ਜਿਦਣ ਹਸਪਤਾਲ ਸੂਹ ਸਾਜ ਕਰਨ ਲੱਗੀ ਆ ਉਸ ਵੇਲੇ ਉਹ ਜਿਹੜੀ ਮੇਰੀ ਵਾਈਫ ਸੀ ਆਪਰੇਸ਼ਨ ਜਾਣੀ ਸੀ, ਬੋਲ ਨਹੀਂ ਸਕਦੀ ਸੀ ਮੂੰਹ, ਉੱਥੇ ਡਾਕਟਰ ਨੇ ਪੁੱਛ ਲਿਓ, ਹੁਣ ਮੈਂ ਕਿਹਾ ਆਈ ਸਟਿਲ ਲਵ ਯੂ, ਯੂ ਟੈਲ ਮੀ ਵਟ ਹੈਪਨ, ਉਹ ਕਹਿੰਦੀ ਹੁਣ ਬੋਲਿਆ ਨੀ, ਏਦਾਂ ਹੱਥ ਨਾਲ ਇਸ਼ਾਰਾ ਮਾਰਿਆ, ਪੇਪਰ ਤੇ ਪਲਸਨ ਲਿਆ, ਫਿਰ ਨਰਸ ਨੇ ਪੇਪਰ ਤੇ ਪਲਸਨ ਲਿਆ ਕੇ ਦਿੱਤੇ, ਹੁਣ ਮੈਨੂੰ ਦੱਸਿਆ। ਮੈਂ ਹਲੇ ਤਾਈ ਉਹਨੂੰ ਜਵਾਨੀ ਕੋਈ ਮਿਹਣਾ ਨੀ ਮਾਰਿਆ, ਕੁਛ ਨੀ ਕਿਹਾ, ਮੈਂ ਤਾਂ ਉਹ ਜਿਹੜੀ ਲਿਖਤ ਆ ਉਹਦੇ ਬਾਰੇ ਜਾ ਰਿਹਾ ਨਾ, ਹੁਣ ਇਹਦਾ ਰਾਈਟ ਜਿਹੜਾ ਸੋਲਜਰ ਸੋਲਡਰ ਆ ਉਹਦੀ ਸਲਿਪ ਹੋਈ ਹੋਆ, ਮੈਂ ਕਈ ਵਾਰੀ ਤੇਲ ਲਾਇਆ, ਮੈਂ ਨੀ ਪੁੱਛਿਆ ਉਹ ਕਿੱਦਾਂ ਹੋਇਆ, ਤੇ ਮਤਲਬ ਤੇ ਆ ਕਿ ਮੈਂ ਹਰ ਵੇਲੇ ਉਹਨੂੰ ਮਿਹਣੇ ਮਾਰਾਂ, ਮੈਂ ਕਦੇ ਨੀ ਉਹਨੂੰ ਮਿਹਣਾ ਮਾਰਿਆ। ਤੇ ਅੱਛਾ ਆਪਣੇ ਆਪਣੇ ਹਰਜਿੰਦਰ ਤੁਹਾਡੇ ਸ਼ੋਲਡਰ ਤੇ ਕੀ ਹੋਇਆ, ਕੀਨ ਮਾਰਿਆ ਤੁਹਾਡੇ ਸ਼ੋਲਡਰ ਤੇ, ਕੀ ਟੱਚ ਕੀਤਾ? ਪੁੱਛ ਲਓ। ਨਹੀਂ ਜੀ, ਮੈਂ ਆਪਣੇ ਆਪ ਡਰ ਕੇ ਦਰਵਾਜ਼ੇ ਵਿੱਚ ਵੱਜੀ ਸੀ। ਇਹ ਸੱਚੀ ਗੱਲ ਹੈ? ਆਪਣੇ ਆਪਣੇ ਡਰ ਕੇ ਵੱਜੀ ਦਰਵਾਜ਼ੇ ਵਿੱਚ? ਆਪਣੇ ਕਿਹੜਾ ਜੀ, ਜਾਂ ਕੋਈ ਹੋਰ ਗੜਬੜ ਹੋਈ ਆ? ਦਰਵਾਜ਼ੇ ਵਿੱਚ ਵੱਜੀ ਹੈ ਜਾਂ ਫਿਰ ਇਹ ਜਾਣ ਕੇ ਇੱਕ ਬਹਾਨਾ ਪਾ? ਮੈਨੂੰ ਨਾ ਪਤਾ ਕਿੱਦਾਂ ਵੱਜੀ, ਨਾ ਮੈਂ ਪੁੱਛਿਆ ਇਹਨੂੰ, ਇਹਦੇ ਸੋਲਜਰ ਦੀ ਸੱਜਣ ਸੋਲਜਰ ਦੀ ਜਿਹੜੇ ਪਿੱਛੋਂ ਹੱਡੀ ਸਲਿਪ ਹੋਈ ਉਹ ਆ, ਮੈਂ 15-20 ਵਾਰੀ ਇਹਦੇ ਤੇਲ ਲਾਇਆ, ਉੱਥੇ ਹੱਥ ਇਹਦਾ ਪਹੁੰਚਦਾ ਨੀ ਸਾ। ਨਹੀਂ ਇਹ ਨੀ ਮੈਨੂੰ ਪਤਾ ਕਿੱਦਾਂ ਹੋਇਆ, ਇਹ ਜਦ ਉਹ ਹੈਪਨ ਹੋਈ ਉਹ ਤੋਂ ਬਾਅਦ ਇਹ ਦੁਆ ਖਾਣ ਲੱਗੀ ਆ, ਰੈਕਡ ਪੁੱਛ ਲਓ ਡਾਕਟਰ ਦਾ ਤੇ ਸਭ ਕੁਛ। ਇਹ ਮਤਲਬ ਮੈਂ ਕਿਸੇ ਨੂੰ ਅਪਸਰ ਨਹੀਂ ਕਰਨਾ ਮੰਗਦਾ, ਅੱਗੇ ਅਪਸਰ ਬਹੁਤ ਆ। ਇਹਦਾ ਮਤਲਬ ਕਿ ਤੁਹਾਨੂੰ ਕੋਈ ਸ਼ੱਕ ਆ ਕਿ ਜਿਹੜੀ ਮੋਢੇ ਸੱਟ ਲੱਗੀ ਹੈ ਕੋਈ ਕਾਰਨ ਹੋਰ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਪੁੱਛਣਾ ਨਾ, ਮੈਨੂੰ ਲੋੜ ਆ ਉਹਦੇ ਸੱਜੇ ਮੋਢੇ ਦੇ ਉਹਦੀ ਸੱਟ ਲੱਗੀ ਜਾਂ ਜੋ ਮਰਜ਼ੀ ਹੋਇਆ, ਤੇ ਚਲੋ ਉਹ ਬਾਕੀ ਗੱਲ ਇਹ ਆ। ਤੇ ਮੈਨੂੰ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ, ਕੱਲ ਮੈਨੂੰ ਮਾੜਾ ਕਿਹਾ, ਕੋਈ $2,00,000 ਕੋਈ ਸਿਕਿਉਰਿਟੀ ਤੋਂ ਅੱਗੇ ਲਿਜਾ ਸਕਦਾ ਕੋਈ $2,00,000? ਇਹ ਮੈਨੂੰ ਜਵਾਬ ਦਿਓ ਤੁਸੀਂ, ਸਭ ਨੇ ਮੈਨੂੰ ਕੱਲ ਮਾੜਾ ਕਿਹਾ, $2,00,000 ਕੋਈ ਸਿਕਿਉਰਿਟੀ ਹੋਵੇ ਤਾਂ ਲਿਜਾਂਦਾ ਜਾਂ ਪ੍ਰੈਸ਼ਰ ਕੇਸ ਆ? ਤੁਹਾਡੀ ਵਾਈਫ ਕਹਿ ਰਹੀ ਹੈ ਕਿ ਆਪ ਦਿੱਤੇ ਨੇ ਜਵਾਬ ਦੇ, ਜਾਂ ਕੋਈ ਇੱਥੇ ਜਿਹੜੇ ਤੁਹਾਡੇ ਕੱਲ ਸੁਣਦੇ ਆ ਇਹ ਮੈਨੂੰ ਦੱਸਣ, ਮੇਰਾ ਪੂਰਾ ਸਬੂਤ ਆ। ਹਾਂਜੀ ਹਰਜਿੰਦਰ ਬੋਲੋ ਕਿ ਤੁਸੀਂ $2,00,000 ਕਿਉਂ ਦਿੱਤਾ? ਗਰੇਵਾਲ ਸਟੋਰ ਤੇ ਆਇਆ, ਉਹਨੇ ਲਿਖ ਕੇ ਦਿੱਤਾ, ਗਰੇਵਾਲ ਨੇ ਸਟੋਰ ਤੇ ਲਿਖ ਕੇ ਦਿੱਤਾ। ਮੈਂ ਕਿਹਾ ਗਰੇਵਾਲ ਤੇਰੇ ਘਰ ਤੇ ਕਿੰਨੇ ਪੈਸੇ ਆ? ਉਹ ਕਹਿੰਦਾ $35,000। ਮੈਂ ਕਿਹਾ ਹਰਜਿੰਦਰ ਜਾ ਕੇ ਬੈਂਕ ਦੇ ਚੈੱਕ ਬਣਾ ਕੇ ਲਿਆ ਮੇਰੇ ਨਾਲ, ਮੈਂ ਟਾਈਟਲ ਦੇ ਰਾਹੀਂ ਦੇਣੇ ਆ, ਜੇ 35 ਹੋਇਆ ਤਾਂ ਮੈਂ ਦੇਣੇ, ਨਹੀਂ ਤਾਂ ਮੈਂ ਪੈਸੇ ਨਹੀਂ ਦੇਣੇ। ਅੱਛਾ ਉੱਥੇ ਇੱਕ ਦੀ ਮੈਨੂੰ ਡਰਾਇਆ ਧਮਕਾਇਆ ਤਾਂ ਪੈਸੇ ਲਏ ਆ। ਅੱਛਾ ਇੱਕ ਹੋਰ ਗੱਲ ਇਹਨੂੰ ਪੁੱਛੋ, ਜੇ ਮੈਂ ਦਾਵਾ ਨਾ ਕਰਦਾ ਗਰੇਵਾਲ ਪੈਸੇ ਦੇਣ ਦਾ, ਇਹਨੇ ਇਹ ਪੁੱਛੋ। ਹਾਂਜੀ ਇਹਨੂੰ ਪੁੱਛੋ, ਜੇ ਮੈਂ ਦਾਵਾ ਨਾ ਕਰਦਾ ਗਰੇਵਾਲ ਪੈਸੇ ਦੇਣ ਦਾ, ਇਹ ਇਹ ਸਹੀ ਹਾਲਤ ਚ ਨਹੀਂ ਹੈ? ਮੇਰੀ ਤਾਂ ਗੱਲ ਸੁਣੀ ਨੀ, ਜਾਂ ਤਾਂ ਤੁਸੀਂ ਮੈਨੂੰ ਦੱਸੋ ਕੋਈ $2,00,000 ਕੇ ਸਿਕਿਉਰਿਟੀ ਤੋਂ ਬਗੈਰ ਪ੍ਰੈਸ਼ਰ ਤੋਂ ਬਗੈਰ ਦੇ ਸਕਦਾ? ਹਰਜਿੰਦਰ ਅਤੇ ਖੇੜਾ ਸਾਹਿਬ, ਤੁਸੀਂ ਹਸਬੰਡ ਵਾਈਫ ਦਾ ਰਿਲੇਸ਼ਨ ਤੁਹਾਡਾ ਹਾਲੇ ਕਾਇਮ ਹੈ, ਔਰ ਤੁਹਾਡੀ ਛੋਟੀ ਮੋਟੀ ਜਿਹੜੀ ਆਪਸ ਵਿੱਚ ਹੀ ਤੂੰ ਤੂੰ ਮੈਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਅਤੇ ਤੁਹਾਡੇ ਮਨ ਦਾ ਜਿਹੜਾ ਗੁੱਸਾ ਸੀ, ਮਨ ਦਾ ਜਿਹੜਾ ਅਵਾਰਾ ਸੀਗਾ, ਤੁਸੀਂ ਉਹਦੇ ਨਾਈਫ ਮਾਰਿਆ, ਉਸ ਤੋਂ ਬਾਅਦ ਤੁਹਾਨੂੰ ਸਜ਼ਾ ਹੋਈ 6 ਮਹੀਨੇ ਦੀ, ਤੁਸੀਂ ਇਸ ਵੇਲੇ ਪਰੋਲ 'ਤੇ ਬਾਹਰ ਆਏ ਹੋ, ਔਰ ਤੁਹਾਡਾ ਸੁਭਾਵਕ ਹੈ ਕਿ ਤੁਹਾਡੀ ਵਾਈਫ ਦਾ ਰੇਪ ਕਰਨਾ ਤੁਸੀਂ ਕਿਵੇਂ ਟੋਲਰੇਟ ਕਰ ਸਕਦੇ ਹੋ? ਦੂਜੇ ਪਾਸੇ ਤੁਸੀਂ ਪਿਆਰ ਕਰਨ ਦੇ ਕਰਕੇ ਜਿਸ ਕਰਕੇ ਇਹ ਸਭ ਕੁਛ ਹੋਇਆ ਆ,
और कल गरेवाल मन तैयार नहीं सी, मैं कुछ नहीं किया। अज इस लेडी ने भी कहा कि हाँ इन्हें एक बार मेरे ना किया सी ते मैं इन्हें माफ करता से अपने हसबेंड नू, मैं चोरी रखी गल अते लोगों ने सामने नहीं दसिया। और अज यह सानू कह रही है कि हाँ ये नाल एक बार मेरा रिलेशन हो गया सगा तो मैं इन्हू माफ कर दिता, विच इज़ नॉट अक्सैप्टेबल। असी मैं हैरान इस चीज़ तो हाँ किसी औरत ना कोई बंदा रेप करता हो भी तो वो औरत उस वेले फौरन कह दी हाँ तो मैं माफ कर दिंदी हाँ। हरजिंदर तुम झूठ बोल रहे हो, ਤੁਸੀਂ 100% ਝੂਠੇ ਹੋ। ਬਿਲਕੁਲ ਝੂਠ ਨਹੀਂ ਬੋਲ ਰਹੇ ਮੈਂ, ਸਿਰਫ ਤੁਸੀਂ ਇਹ ਝੂਠ ਇਸ ਗੱਲ ਝੂਠ ਬੋਲ ਰਹੇ ਹੋ, ਸਾਡੇ ਕੋਲ ਸਬੂਤਾਂ ਦੀ ਲੋੜ ਨਹੀਂ ਹੈ। ਕੋਈ ਵੀ ਔਰਤ, ਕਮਲੀ ਤੋਂ ਕਮਲੀ ਔਰਤ ਵੀ, ਡਿਪਰੈਸ਼ਨ ਵਾਲੀ ਔਰਤ ਵੀ, ਜੇ ਕੋਈ ਮਰਜ਼ ਕਿਸੇ ਨਾਲ ਸੈਕਸ ਕਰਦਾ ਹੈ ਜ਼ਬਰਦਸਤੀ ਤਾਂ ਉਹਨੂੰ ਮਾਫ਼ ਕਰ ਦੇਵੇ, ਕਦੇ ਇੱਦਾਂ ਹੋ ਨਹੀਂ ਸਕਦਾ। ਔਰ ਉਹ ਔਰਤ ਕਿਹੜੀ ਹੈ ਜਿਹਨੇ ਬੱਚਿਆਂ ਨੂੰ ਜਾਂ ਨਨਾਣ ਨੂੰ, ਭਰਜਾਈ ਨੂੰ ਜਾਂ ਗਵਾਂਢ ਨੂੰ ਜਾਂ ਰਿਸ਼ਤੇਦਾਰ ਨੂੰ ਨਾ ਦੱਸਿਆ ਹੋਵੇ ਜਾਂ ਪੁਲਿਸ ਨੂੰ ਨਾ ਇਨਫੋਰਮ ਕੀਤਾ ਹੋਵੇ। ਚਲੋ ਮੈਂ ਮੰਨਦਾ, ਖੇੜਾ ਸਾਹਿਬ ਇਹ ਕਹਿੰਦੀ ਕਿ ਮੈਂ ਤਾਂ ਇੰਨਾ ਪ੍ਰੈਸ਼ਰ ਪਾਇਆ ਹੋਇਆ ਸੀ, ਜੇ ਪੁਲਿਸ ਨੂੰ ਕਾਲ ਕਰੋਗੇ ਪੁਲਿਸ ਤੁਹਾਨੂੰ ਫੜ ਕੇ ਲੈ ਜਾਊਗੀ। अपनी घर वाली दवा के रखा हुआ जेल चल जाओगे पुलिस नूं कॉल कीता? मैं यह समा मैनू दबाती है, मैं बिल्कुल नहीं दबा के रखे। तकरीबन 6-7 लाख डाले की प्रॉपर्टी ए हैगी हले, तो मतलब यह है कि इनी किन्ना बना लोगा। ते ए जितन पहला देना एक पार्टी ते ब्याह ते जांदी सी, जितन दा 2 लाख लाला लै गया, मेरे ना किते नहीं गई, ए पूरा सबूत आ। ते हुण जद तुहानू मैं दस्या इहदी जिहड़ी आ इह दिलों तां मैनू मंगदी आ, ते कल भी मैनू घरों अफसर कीता कहिंदे चल जा परसों, ते पिन्नियां बनाईआं सी ओह भी देतीआं मैनू, कहिंदा आह वी लै जा, ओह दिलों तां मंगदी मैनू, ते ओहदा दिमाग नहीं इस काम करदा। फिर फोन कर दिंदी आ जा, मैं बहुत तंग बहुत हां, मैं तो गलती हो गई है। चलो मैं तो हले भी मंगदा जी उहनूं, मैं कोई उहनूं माड़ा नहीं दुआ करना मंगदा, मैं तो जिहड़े बंदे ने कीता अपने खेड़ा साहब, तुम 75 साल की उम्र के हो, 55 साल की थोड़ी वाइफ है। सो मैं चाहागा अज प्रोग्राम में आप सारे कष्ट मिट्टी पाइए, और मिट्टी पाने तो बाद आप हक करो, एक दूजे को प्यार की जफ्फी पाओ, और उस तो बाद सब कुछ भुल जाओ, जिंदगी की तुम दोबारा शुरुआत करो। हरजिंदर थोड़े पति परमेश्वर ने, पति परमेश्वर एक रब का रूप हों, तुम तो माफ़ी मांग दो पिछली गलों तो, उस तो बाद हक करो। कमान हरजिंदर तुम कहो कि तुम मेरे माफ़ कर दो जी पिछली गलों तो, कैन यू स्पीक अप हरजिंदर तुम बोलोगे? हाँ जी हाँ जी, तुम मैं माफ़ कर दो पिछली गलों तो, जे फिर मैं गरेवाल नाल भी इसे तरह सहमति बच्चे उस वेले मिट्टी पाई सी, तो उस वे मेरी गल न इदा क्यों उछालिया गया? मैं तो हर एक न माफ़ी किया सी, उसनू भी माफ़ किया सी। हरजिंदर लिसन टू मी, तुम कहो कि खेड़ा साहब मैंने आप जी ने जिंदगी बहुत कुछ दिता है, मेरी जिंदगी बनाई है, मेरे बच्चों ने बनाई है, मेरे बच्चों को घर लैके दिता है, और मेरी गलतियां जिहड़ियां होईयां ने जाने अनजाने मैं माफ कर दो, तो मैं थानू हक कर दी, मैं थानू प्यार कर दी। कम ऑन हरी अप, ठीक है मैं खेड़ा साहब हक कर दी, जाने अनजाने गलतियां माफ करो जी। जफ्फी पा तुसी हक। हेलो मैं कहा मेरी गल एक होर सुन लो जी, इहदा कोई कसूर नहीं, मैनू इह दसो तीन दा जां 2 लाख डाला लै जाए ते प्रेशर कोई पा के, मैं ये नहीं कहता वो तीवी गाने गाऊगी या टपूगी, सुदैन ना हो तो क्या हो जाऊ, मैंने तुम जवाब दे सब ब्याह हो वहां, ये जवाब दो मैनू। हाँ जी, जिन्ना कैश फ्लो दिता था मैं सारा लै गया। खेड़ा साहब थोड़े तो माफी मांग चुकी है, हुण तुसी इन्हां नूं जफ्फी पिछला दे पकड़ी लाओ। इन माफी मांगने लो नहीं, मैं जो कर रहा मैं बहुत बंदा, मैनू गल सुनो, कल गरेवाल ने कहा, गल तो सुन लो, कल गरेवाल ने फोन ते कहा कि पैसे लैके हरजिंदर नू मंगाया, और 2 फुटे नू गरेवाल दे, मैं कदे एक पैसा भी नहीं लिया, लोगों के मुंडे पैसे दे के मंगाए आ। हाँ जी, मेरा आश्रम बिरधा आश्रम इंडिया चलता, ग्राउंड दी मैंने तो रब पैसे उदो दे जाता, मैंने पैसे की क्या लोड़ थी। एनीवे गरेवाल साहब मैंने एक गाना याद आया कि तू बदली लख बारी असी एक बार नहीं बदले, सो मेरे मतलब के अपने हरजिंदर तुम ये कहो कि गरेवाल थोड़ी जिंदगी में मुड़ के नहीं आऊगा, और अपने हरजिंदर तुम कहो कि गरेवाल दे हक दे भी तुम बोलोगे नहीं कदे भी जिंदगी में, तो कदे भी नहीं जी, बिल्कुल नहीं, मैं तो 20 साल हो गया मुड़ के ना कभी कल
ਨਾ ਇੱਕ ਦੂਸਰੇ ਦੇ ਹੱਕ ਦੇ ਵਿੱਚ। बर्बाद कर रहे हो और इस रिजल्ट की आया पब्लिक ओपीनियन दे विच तुसी खुद जिम्मेवार हो, थोड़ा रेप किया तुसी मन्ने नहीं हो, तुसी जे एक औरत हुंदे चंगी औरत हुंदे तुहानू दसना चाहिदा सी अपने घर वाले नूं कि मेरे नाल गरेवाल ने अज आ कीता। मैंने तां जिद्दां लिख के दित्ता मेरे जवाना नहीं बोली लिखती आ। फाइन एनीवे पीरियड इज ओके, मैं कुछ नहीं कहना मांगदा, इहदा कोई कसूर नहीं है, इह नाइस लेडी आ, मेरा सिर बौंदी आ, कपड़े धोंदी आ, हरे चीका नहीं मारती सी, मैं हलाना कहती मेरे कोई कंबल खिंचता जिन्ना मैं दुखी रहा हार के अपनी वाइफ नू गलबकड़ी विच चलाओ, प्यार करो, मोहब्बत करो, बारिश का कोई रौला नहीं, कुछ नहीं है, इन पंजा सत्त दिन मैं घर चल जाना, मैं गरेवाल नूं नहीं कुछ ना कुछ अंदर दुआना, चाहे जां मैनू मार दो जां ओ मर जाऊ। नो 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 डोंट डू दैट, कम ऑन, गरेवाल नहीं मैं छड़ना, आहो ये तुहानूं बता दित्ता। नो 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 मेरी भी जरिया जो इदा ने, अच्छा गरेवाल ने ढाई मिलियन गुरुद्वारे दा चलवियां दे खाते। होल्ड होल्ड गल सुनो, अपने हरजन दी रात नूं चीका मारदे हो, चीका क्यों मारदे हो? मेरे बारिश का कोई कसूर नहीं, मैं आप कहना, अच्छा खेड़ा साहब वाइफ का कोई कसूर नहीं। खेड़ा साहब सुनो मेरी बेनती, अपने हरजिंदर तुसीं रात नूं चीकां मारनियां बंद कर दिओ, उस तों बाद और तुसीं चीकां मारनी बजाए इक दूजे नूं प्यार करो, मोहब्बत करो, समय सिर खाना खा के दिओ उहनां नूं। ओह तां साडा घर दा तां रौला कोई नहीं है, जिहड़ा गरेवाल पैसे लै गिया ब्लैकमेल करके किस तरह, मैं समझ गया कि तुहाडे जख्म जिहड़े ने झूठ बोलिया, तुहाडे जख्मां ते तुहाडे सच नहीं कह रहे, गरेवाल झूठ बोलिया, कहिंदा मैं पैसे दे के उहदी टीमी लैंदी आ, इह गरेवाल हुणी पैसे दे के लिआउंदे होवे किसे दीआं, ਜਦ ਇੱਕ ਬੰਦਾ ਵੀ ਕਹਿੰਦਾ ਜੂਬਾ ਸਰੀ ਮੈਂ ਕਿਸੇ ਤੀਵੀਂ ਪੈਸੇ ਦੇਖ ਲੈਂਦੀ ਆ, ਮਤਲਬ ਤੇ ਹੈ ਕਿ ਇਹ ਆਈ ਇੰਟਰਸਟ ਹੁਣ ਜਿੰਦੋਂ ਪੁੱਛੋ ਮੈਂ ਇਹਦੇ ਆਦਮੀ ਪਾ ਪੈਸੇ ਸੀਗੇ ਦੇਣ ਜੋਗੇ ਮੈਨੂੰ ਤੀਵੀਂ ਲਾਉਣ ਲਈ, ਇਹ ਪੁੱਛੋ। ਰਜਿੰਦਰ ਤੁਹਾਡੇ ਹਸਬੈਂਡ ਕਹਿ ਰਹੇ ਨੇ ਕੁਛ ਗੱਲਬਾਤ ਸੁਣੀ ਆ, ਚਲੋ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਦੁਹਰਾਵਾਂਗੇ, ਤੁਸੀਂ ਇੱਕ ਵਾਰੀ ਫੇਰ ਕਹਿ ਦਿਓ ਕਿ ਮੈਂ ਜੀ ਤੁਹਾਡੀ ਆਪਣੀ ਤੁਹਾਡੀ ਰਹਾਂਗੀ, ਅਤੇ ਜ਼ਿੰਦਗੀ ਵਿੱਚ ਹੋਈਆਂ ਗਲਤੀਆਂ ਮੈਨੂੰ ਮਾਫ਼ ਕਰ ਦਿਓ, ਬੋਲੋ ਐਂਡ ਵੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨਾ ਚਾਹਾਂਗੇ। ਪਲੀਜ਼ ਓਕੇ, ਮੈਂ ਖੇੜਾ ਸਾਹਿਬ ਤੁਹਾਡੀ ਆ ਤੇ ਤੁਹਾਡੀ ਰਹਾਂਗੀ, ਗਲਤੀਆਂ ਨੂੰ ਮਾਫ਼ ਕਰੋ। ਬੜੀ ਮਿਹਰਬਾਨੀ, ਬਟ ਗੁੱਡ ਲੱਕ, ਔਰ ਤੁਸੀਂ ਆਪਣਾ ਫਿਊਚਰ ਨਵਾਂ ਸ਼ੁਰੂ ਕਰੋ। ਖੇੜਾ ਸਾਹਿਬ ਤੁਹਾਡੀ ਉਮਰ ਜ਼ਿੰਦਗੀ ਚ ਲੰਬੀ ਉਮਰ ਹੋਵੇ, ਔਰ ਜ਼ਿੰਦਗੀ ਦਾ ਗੁੱਸਾ ਜਿਹੜਾ ਤੁਸੀਂ ਪੀ ਲਓ ਅਤੇ ਆਪਣੀ ਜ਼ਿੰਦਗੀ ਆਰਾਮ ਨਾਲ ਜੀਓ। ਗੁੱਡ ਬਾਏ।